ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਬਾਈ ਚਮਕੌਰ ਦੇ ਘਰੇ ਪਹੁੰਚੇ ਹਾਂ। ਤਿੰਨ ਨਗੀਨੇ ਦਿਖਾਊਂਗਾ, ਦੋ HF ਤੇ ਇੱਕ ਦਿਖਾਵਾਂਗੇ ਜਰਸੀ। ਜਰਸੀ ਤਾਜ਼ੀ ਸੂਈ ਆ ਤੇ ਬੱਚਾ ਇਹਦਾ ਇਧਰਲੇ ਬੰਨੇ ਪਿਆ, ਤਰਨਗਰ ਹੀ ਦਿਖਾ ਦੇ, ਬੱਚਾ ਐਕਸਪਾਇਰ ਹੋ ਗਿਆ। ਉਹ ਹੈ ਜਾ ਬਾਈ, ਕਹਿੰਦਾ ਆਪਾਂ ਰੇਟ ਕਰਦਾ ਹਾਂ ਕਿਉਂਕਿ ਹੁੰਦੇ ਤੁਹਾਨੂੰ ਪਤਾ ਹੈ ਜਾਨਵਰ ਠੰਡੇ ਸੀਲ ਨੇ, ਬਿਨਾਂ ਬੱਚੇ ਤੋਂ ਮਿਲ ਪੈਂਦੇ ਨੇ। ਤੇ ਬਾਕੀ ਜਿਹੜਾ ਆ ਨਗੀਨਾ ਆ ਗਿਆ, ਇਹਦੀ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ, ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਸੱਜਣੋ, ਫਿਰ ਬੱਛੀ ਆ। ਬੱਛੀ ਵੀ ਨਾ ਪਿਓਰ ਐਰ ਸ਼ਹਿਰ ਦੇ ਵਿੱਚ ਆ ਗਈ, ਇੱਥੋਂ ਦਿਖਾ ਗਿਆ ਜੀ ਵੇ, ਪਿਓਰ ਐਰ ਸ਼ਹਿਰ 'ਚ ਆ ਗਈ। ਤੇ ਬਾਕੀ ਜਿਹੜਾ ਇਹਦਾ ਬੱਛੀ ਦਾ ਆਰਡਰ ਆ ਗਿਆ, ਆਰਡਰ ਕੁਆਲਿਟੀ ਆ ਗਈ। ਜਿਵੇਂ ਆਪਾਂ ਕਹਿ ਲਈਏ, ਬਾਹਰ ਵਾਲੀਆਂ ਗਾਵਾਂ ਹੁੰਦੀਆਂ, ਅਕਸਰ ਤੁਸੀਂ ਯੂਟਿਊਬ ਤੇ ਦੇਖਦੇ ਹੋ ਜਿਹੜੇ ਬਾਹਰ ਫੈਸਟੀਵਲ ਹੁੰਦੇ ਨੇ ਨਾ, ਮੇਲੇ ਹੁੰਦੇ ਨੇ, ਉਹਨਾਂ 'ਚ ਬਾਈ ਇਹਦੇ ਨਾਲ ਦਾ ਆਰਡਰ ਹੁੰਦਾ ਗਾਵਾਂ ਦਾ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ, ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ। ਆ ਜਾ ਜਨਪੁਰ। ਸਤਿ ਸ਼੍ਰੀ ਅਕਾਲ ਭਰਾ ਮੇਰੇ, ਹੋਰ ਕਿਵੇਂ ਆ? ਪਰਮਾਤਮਾ ਦੀ ਕਿਰਪਾ ਚੜ੍ਹਦੀ ਕਲਾ ਵੀਰੇ, ਨਗੀਨਾ ਲਿਆਂਦਾ ਕਿਤੋਂ? ਹਾਂ, ਮਿਲ ਕੇ ਭਰਾ ਮੇਰਾ ਨੰਗ ਤੁਰੇ ਫਿਰ ਤੁਹਾਨੂੰ ਮਿਲ ਜਾਂਦਾ ਭਰਾ ਮੇਰੇ ਕਈ ਵਾਰੀ। ਇਹਦੇ ਨਾਲ ਦੇ ਆਰਡਰ ਦੀ ਮੇਰਾ ਖਿਆਲ ਤੀਜੀ ਚੌਥੀ ਆ ਗਈ ਤੀਜੀ ਚੌਥੀ ਆਪਣੇ ਵੀਡੀਓ। ਹਾਂ, ਬੱਸੀ ਵੀ ਤੀਜੀ ਚੌਥੀ ਵੀ ਆ ਗਈ, ਨਾਲ ਬੱਛੀ ਵੀ ਆਇਆ ਸ਼ਹਿਰ ਦੀ ਹੈ ਨਾ, ਤੀਜੀ ਚੌਥੀ ਆ ਗਈ। ਆ ਨਾਲ ਵੀ ਬੱਛੀ ਆ, ਇੱਕ ਨਾਲ ਇੱਕ ਆਪਾਂ ਇਹ ਕਹਿ ਸਕਦੇ ਹਾਂ ਵੀ ਤੁਹਾਡੇ ਦੋ ਸ਼ੌਂਕ ਪੂਰੇ ਹੋ ਜਾਣਗੇ, ਨਾਲੇ ਤਾਂ ਐਚ ਐਫ ਵਾਲਾ ਹੋ ਜੂ, ਨਾਲੇ ਹੋ ਜੂ ਐਰ ਐਰ ਸਰ। ਐਰ ਸਰ ਥੋੜੀ ਮਿਲਦੀ, ਬੜ ਘੱਟ ਹੈਗੀ ਆਪਣੇ ਕੋਲ। ਐਰ ਸਰ ਵੀ ਖੜੀ ਆ, ਪਤਰੇ ਚੈਨਲ ਤੇ ਪਾਵਾਂਗੇ ਪਲਕੋ ਹੀ ਜਾਂਦਾ, ਬਹੁਤ ਚੈਨਲ ਨਾ ਪਿਓਰ ਦੰਦਾਂ ਦੇ ਵਿੱਚ ਨਾਲੇ। ਠੀਕ ਹੈ ਗੱਲ, ਹਾਂ ਤਾਂ ਇੱਥੋਂ ਕਰ ਲਈ ਸ਼ੁਰੂ, ਕਰ ਲਾ ਸ਼ੁਰੂ ਭਰਾ ਮੇਰੇ। ਤੋੜ ਦੋ ਜੀ ਖੋਲ ਕੇ। ਸੂਆ ਕਿਹੜਾ ਬਾਈ ਦਾ? ਸੂਆ ਵੀਰੇ ਦੂਜਾ ਹੈਗਾ, ਦੂਜਾ ਸੂਆ ਪਰ ਭਰਾ ਮੇਰੇ ਤੇਰੀ ਗੱਲ ਵਿੱਚ ਵਿਚਾਲੇ ਆ, ਜਿਹਨੇ ਜਦੋਂ ਮੈਂ ਲਈ ਆ ਉਹਦੇ 22-23 ਕਿਲੋ ਦੱਸਿਆ ਮੈਨੂੰ, ਭਲੂਣ ਨੇ ਕੱਢਿਆ ਦੁੱਧ ਪਾਈਲਣ ਨੇ। ਹਾਂ, ਆਪਣਾ ਦੁੱਧ ਤਾਂ ਭਰਾ ਮੇਰਾ, ਐਵੇਂ ਤੁਹਾਨੂੰ ਮੈਂ ਝੂਠ ਮਾਰੀ ਆ ਵੀ ਮੈਂ ਦੁੱਧ 22 ਕੱਢ ਮਿਣਿਆ, ਫਰਾਨਾ ਕਰਿਆ, ਉਹ ਆਪਣਾ ਨਹੀਂ ਹੈਗਾ, ਪਰ ਲੇਵਾ ਗਾ ਵਹੀ ਪਤਾ ਗੁਰੀ। ਠੀਕ ਹੈ ਗੱਲ, ਹਾਂ ਮੈਂ ਤੇਰੇ ਝੂਠ ਮਾਰੀ ਆ, ਮੈਂ ਲੇਵਾ ਲੈ ਕੇ ਤੁਰਿਆ ਨਹੀਂ ਜਾਂਦਾ ਤੂੰ। ਆਰਡਰ ਆ ਗਿਆ ਪੂਰੇ ਫੁੱਲ ਸਾਈਜ਼ 'ਚ ਆ ਗਿਆ, ਤੇ ਨਾਲ ਥਣ ਦਾ ਸਾਈਜ਼ ਆ ਜਿਹੜਾ, ਥਣ ਦਾ ਸਾਈਜ਼ ਵੀ ਬਾ ਕਮਾਲ ਆ ਗਿਆ। ਆਰਡਰ ਦਾ ਸਿਰਾ ਹੀ ਆ ਤੇ ਨਾਲ ਥਣ ਦਾ ਸਾਈਜ਼ ਵੀ ਬਾ ਕਮਾਲ, ਜਿਵੇਂ ਆਪਾਂ ਕਹਿੰਦੇ ਨਾ ਸੋਨੇ ਤੇ ਸੁਹਾਗੇ ਵਾਲਾ ਸਿਸਟਮ। ਗਰਲੈਂਡ ਵਾਲੇ ਚਾਂਸ ਨੇ, ਗਰਲੈਂਡ ਵਾਲੇ ਲੇਵੇ, ਇਦਾਂ ਨਹੀਂ ਨਾ ਲੇਵਾ ਗਰਲੈਂਡ ਦਾ ਬਾਈ। ਆਰਡਰ ਰੱਖ ਦਿਆ ਬਾਈ, ਪੱਕਾ ਠੋਸ ਜਮਾ ਤੇ ਖੁੱਲਾ ਦਾ ਵਰਗਾ, ਪ੍ਰਾਂਤ ਜਿੰਨਾ ਚੌੜਾ ਲੇਵਾ ਦਾ। ਆਰਡਰ ਆ ਗਿਆ ਪੂਰੇ, ਜਿਵੇਂ ਚਮਕੌਰ ਕਹਿੰਦਾ ਹੁੰਦਾ ਗੁੜ ਦੇ ਗੱਟੇ ਲੱਗੇ, ਗੁੜ ਦਾ ਗੱਟਾ ਲਈ ਫਿਰਦੇ ਆ, ਮਗਰ ਦੇ ਮੂਹਰ ਦਾ ਨਹੀਂ ਹੈ ਕਿਤਾ, ਉਹ ਲੱਤਾਂ ਮਾਰਨਾ ਨਹੀਂ ਹੈ ਕਿ ਖਾਈ ਜਾਣੀ। ਆ ਚੀਜ਼ ਦੇਖ ਤੇ ਗੈਪ ਵੀ ਫੁੱਲ ਆ ਤੇ ਸਾਈਡ ਤੋਂ ਵੀ ਤੇ ਪਛਾਣ ਵਾਲੇ ਬੰਨੇ ਹੋਈ। ਦੇਖੀ ਕੀ ਚੀਜ਼ ਲੱਗਿਆ ਬਾਈ, ਰਾਜਾ ਇਹ ਹਰੇਕ ਬੱਸੀ ਦੇ ਲੱਗਦੇ ਨੇ। ਸੂਈ ਕਿਆ ਇੱਕ ਵਜੇ ਇਹ? ਤਾਜ਼ੀ ਤਾਜ਼ਾ ਰਾਤ ਸੂਈ ਸੀ ਵੀਰੇ। ਠੀਕ ਹੈ ਗੱਲ, 12 ਕੁ ਵਜੇ ਸੂਈ ਸੀ, 4 ਕੁ ਵਜੇ ਜੇਰ ਪੈ ਗਈ ਸੀ ਇਹਦੀ, ਜੇਰ ਜੱਪਾ ਡਾਂ ਜੇਰ ਬਿਲਕੁਲ ਡਾਂ ਆ ਰਹੀ ਆ। ਆ ਇਹ ਗਾਂ ਨੂੰ ਤੋੜ ਕੇ ਮੜੀ ਇੱਥੋਂ ਘੁਮਾ ਲਈ ਬਾਈ, ਨਾਲ ਗੈਰੀ ਮਾਰਦੀ ਫੇਸ ਕੁਆਲਿਟੀ ਦੇ ਕੈਮਰਾ ਜਦੋਂ ਉਹਰਾਂ ਖੜੂਗੀ, ਤੇ ਨਸਲ ਬਰੀਡ ਚ ਵੀ ਚੰਗੀ ਆ, ਮਸੂਮ ਜੀਵੀ ਵਾਲੀ ਲੱਗਦੀ ਆ, ਬੜੀ ਠੰਡੀ ਆ ਵੀਰੇ। ਰਾ ਜੇ ਕਿਸੇ ਨੇ ਕੋਈ ਪਰਿਵਾਰ ਦੇ ਵਿੱਚ ਬਜ਼ੁਰਗਾਂ ਦੇ ਵਾਸਤੇ ਇਹ ਸੁਨਹਿਰੀ ਮੌਕਾ ਵੀਰੇ, ਰਾ ਇੱਥੋਂ ਮਾਰਦੇ, ਕਿਸੇ ਬਜ਼ੁਰਗ ਨੇ ਵੀ ਰੱਖਣੀ ਆ, ਸੁਨਹਿਰੀ ਮੌਕਾ ਦੇ ਵੀਰੇ। ਆ ਬਾਹਰ ਸਾਊਸ ਤੇ ਤਾਰੀ ਸੀ ਬੱਸੀ ਦਾ, ਰਾ ਉਹਦਾ ਉਦਾਂ ਨਹੀਂ ਹੈਗੀ, ਪਸੂ ਹੈਗੀ ਬਈ ਇਹ। ਲੈ ਚੱਲ ਬਾਈ, ਨਾਲ ਵੀ ਇਹਦੇ ਜੇ ਗੱਲ ਕਰ, ਚੱਕਣ ਚੁਕਣੀ ਬੱਸੀ ਦੇਖੀ, ਚੱਕਣੀ ਚੱਕਣ ਚੁਕਣੀ ਬਹੁਤ ਚੰਗੀ ਆ ਬੈਠਦੀ ਵੀਰੇ। ਨਾਲ ਵੀ ਇਹਦੇ ਜੇ ਮੈਂ ਗੱਲ ਕਰ ਲਾਂ, ਐਰ ਸ਼ਹਿਰ ਦੀ ਬੱਛੀ ਆ, ਦੋ ਸ਼ੌਂਕ ਪੂਰੇ ਕਰ ਦੂ, ਨਾਲੇ HF ਦਾ ਨਾਲੇ ਐਰ ਸ਼ਹਿਰ ਦਾ। ਹਾਂ ਬਿਲਕੁਲ, ਤੇ ਬਾਕੀ ਚੰਗੇ ਦੁੱਧ ਵਾਲੇ ਪਸ਼ੂ ਦੇ ਮੰਗ, ਜਦੋਂ ਕੋਈ ਕੱਟੀ ਹੋਵੇ ਜਾਂ ਬੱਛੀ ਹੋਵੇ, ਤੁਹਾਨੂੰ ਪਤਾ ਵੀ ਉਹਦਾ ਦੁੱਗਣਾ ਹੀ ਹੋ ਜਾਂਦਾ ਕੰਮ। ਆ ਲੈ ਤੇ ਮੇਰੀ ਗੱਲ ਸੁਣੇ ਗਾ ਗੁਰੀ, ਲੇਵੇ ਲੈ ਕੇ ਤੁਰਿਆ ਨਹੀਂ ਦਾ ਬੱਸੀ ਤੋਂ, ਫਸ ਫਸ ਤੋਂ ਪਾਣੇ ਨੂੰ ਗੋੜੀ। ਹਾਂ ਹਾਂ, ਨਾਲੇ ਕੂਨੀ ਇੰਨੀ ਆ ਬਾਈ, ਇਹ ਹੱਦੋਂ ਵੱਧ ਖਾਵਾਂਗੇ, ਮਾਰ ਕੇ ਧਾਰਾ ਮਾਰ ਕੇ ਦਿਖਾ, ਮੈਂ 2 ਕਿਲੋ ਦੁੱਧ ਕੱਢ ਵੀ ਦੇਵਾਂਗੇ, ਕਿਹੜਾ ਮੁੱਕਦੀ ਇਹ। ਠੀਕ ਹੈ ਗੱਲ, ਹਾਂ ਤਸੱਲੀ ਕਰਾ ਦਾਂਗੇ, ਤਸੱਲੀ ਕਰਾ ਕੇ ਦੇਵਾਂਗੇ ਭਰਾ ਮੇਰਿਆ। ਜਿੱਡੀ ਆਪ ਉਦਾਂ ਹੀ ਆਰਡਰ ਆ ਨਾ, ਆਰਡਰ ਤਾਂ ਬੜਾ ਚੰਗਾ ਲੱਗਿਆ ਮੈਨੂੰ, ਬਹੁਤ ਫਿੱਟ ਲੱਗਿਆ ਆਰਡਰ। ਸਾਈਜ਼ ਵੀ ਮੁੱਠੀ ਵਾਲਾ ਤੇ ਲੱਗਿਆ ਵੀ ਗੈਪ ਤੇ, ਪਿਛਲੇ ਤੋਂ ਪਿਛਲਾ ਤੇ ਅਗਲੇ ਤੋਂ ਪਿਛਲਾ। ਹਾਂ ਬਿਲਕੁਲ, ਆ ਛੱਡ ਦੇ ਬੱਚਾ ਤੇਰੇ ਨਾਲ, ਛੱਡ ਦੇ ਗਣੀ, ਬੱਚੀ ਵੀ ਫੁੱਲ ਐਕਟਿਵ ਆ ਗਈ, ਨਾਲ ਪਿਓਰ ਐਰ ਸ਼ਹਿਰ ਦੇ ਵਿੱਚ। ਬੱਸੀ ਦਾ ਮੂੰਹ ਦਿਖਾਈ ਮਰ ਗਿਆ ਨਹੀਂ ਪਰਾਂ ਖੜੇ ਦਿਖਾਈ ਜਰਾ, ਦੇਖੀ ਕੁਆਲਿਟੀ ਦੇ ਮਾਰ, ਦੇਖੀ ਦੇਖੀ ਮੂੰਹ ਦੇਖੀ, ਕਿੰਨਾ ਸੋਹਣਾ ਹੈ ਯਾਰ, ਪਿਆਰਾ ਯਾਰ, ਨੰਨੀ ਬਲੰਦੀ ਹੈ, ਬਹੁਤ ਵਧੀਆ। ਛੱਡ ਦੇ ਫਿਰ, ਇੱਥੋਂ ਕਰੀ ਗੈਪ ਦਿਖਾ ਦੇ ਥਾਣਾ ਦਾ, ਸਾਈਡ ਤੋਂ ਵੀ ਗਿੱਟ ਖੇਡ ਦੇ ਲੱਗਿਆ ਹੋਇਆ ਬਾਈ, ਜਿਵੇਂ ਮੁੰਡੇ ਦੇ ਲੱਗੇ ਹੋ ਥਾਣਾ, ਇਦਾਂ ਦਾ ਲੱਗਿਆ ਹੋਇਆ ਵੀ ਤੇ ਨਾਲੇ ਬੱਚਾ ਵੀ ਦਿਖਾ ਦੀ ਜੂੰਗਾ ਫਿਰ, ਆ ਦਿਖਾ ਦੇ ਕਿਉਂਕਿ
ਇਹ ਚੀਜ਼ ਮੈਂ ਖਾਸ ਨੋਟ ਕਰਦਾ ਹੁੰਦਾ, ਪਿੱਛੋਂ ਲਾਂਭਾ ਆ ਜਾਂਦਾ ਵੀ ਬੱਚਾ ਨੀ ਚੁੰਗਦਾ, ਬੱਚਾ ਵੀ ਤੁਹਾਨੂੰ ਚੁੰਗਦਾ, ਆਪਾਂ ਦਿਖਾ ਦਾਂਗੇ ਚੰਗਾ ਭਰਾ, ਤੇ ਬਾਕੀ ਧਾਰਾਂ ਮਾਰ ਕੇ ਵੀਡੀਓ ਦੇ ਵਿੱਚ ਤਸੱਲੀ ਹਰੇਕ ਪੱਖ ਤੋਂ ਕਰਾ ਦੂੰਗਾ, ਲੈ ਲਾ ਦੇ ਬੱਚਾ ਘੇਰਾ ਹੋਰ ਦਿਖਾ ਦੀ ਸੀ, ਤੇ ਬਾਕੀ ਹੁਣ ਤੁਹਾਨੂੰ ਧਾਰਾਂ ਦਿਖਾ ਦੇਣੇ ਮਾਰ ਕੇ ਆਪਾਂ, ਆ ਗਈ ਬਾਈ ਘਰ ਦੇ ਬੱਚੀ ਬੰਨੇ ਬਾਈ ਕਿਸੇ ਕੱਪੜਾ ਜਾ, ਧਾਰਾਂ ਦਿਖਾ ਦੇਣੇ ਮਾਰ ਕੇ ਤੁਹਾਨੂੰ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ। ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਈ ਆਨਲਾਈਨ ਵੀ ਸੰਪਰਕ ਬਾਈ ਨਾਲ ਕਰ ਲਿਓ, ਕਿਉਂਕਿ ਤਾਜ਼ੀ ਸੂਈ ਆ, ਧਾਰਾਂ ਦੀ ਪਾਸ ਹੋਊਗੀ, ਲੀਟਰ ਲਾਉਣ ਵਾਲਾ ਸਿਸਟਮ ਦਾ ਜਾਂ ਕੰਡਾ ਲਾਉਣ ਵਾਲਾ ਦਾ ਸਿਸਟਮ ਅਜੇ ਹੈ ਨੀਗਾ ਬਿਲਕੁਲ, ਲੇਹਾਈ ਗਵਾਹੀ ਭਰਦਾ ਬਾਈ ਯਾਰਾ, ਚਵਾਈ ਦਾ ਫੁੱਲ ਮੋਟੀ ਆ ਬਾਲੀ ਚਵਾਈ ਆ, ਟੂਟੇ ਨਾਲ ਦੀ ਮਾਰ ਦੇ ਬਾਈ, ਚਵਾਈ ਦਾ ਫੁੱਲ ਮੋਟੀ ਆ ਗਈ ਜਿਵੇਂ ਆਪਾਂ ਕਹੀਦੇ ਵੀ ਟੂਟੀਆਂ ਛੱਡ ਦਈਏ, ਵਾ ਕੋਈ ਨੀ ਮਗਰਾ ਪਰੇਸ਼ਾਨ ਨਾ ਕਰ, ਛੱਡ ਦੇ ਕੋਈ ਨੀ। ਇਹਦੇ ਪੈਸੇ ਚਮਕੌਰ ਕਿੰਨੇ ਲੈ ਲਾਂਗੇ? ਪੈਸੇ ਮੁੱਲ ਕਰ ਲਾ 80 ਕਰ ਲਾ ਦੇ, 75 ਕਰ ਲਾ, 72,000 ਦੀ ਬੱਸੀ ਦੇ ਦਾਂਗੇ ਆਪਾਂ, 72,000 ਦੀ ਦੇ ਦਾਂਗੇ ਆਪਾਂ ਫਿਕਸ ਜੀ। ਹਾਂ ਫਿਕਸ ਜੀ, ਮੁੱਲ ਨਹੀਂ ਬਾਹਲਾ ਕਰਦੇ ਬਾਈ ਯਾਰ, ਮੁੱਲ ਜੇ 80-80 ਵੀ ਨੂੰ ਥੋੜਾ ਵੀਰੇ ਰਾ ਠੀਕ ਹੈ। ਇਹ ਬਾਈ ਕਹਿੰਦਾ 72 ਦੀ ਫਿਕਸ ਬੱਸ, ਬੱਸ ਮੂੰਹ ਬੱਸੀ ਮੂੰਹ ਦਿਖਾ ਦੇ ਦੇਖੀ ਜੀ, ਮੰਨੀ ਕਿੰਨੇ ਕਾ ਕਰਨੇ। ਇਹਦੇ ਆ ਗਈ ਬੱਚੀ ਤੇ ਸੂਆ ਆ ਗਈ ਦੂਜਾ, ਹਾਂ ਦੂਜਾ, ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਆ ਆ ਗਈ ਜਰਸੀ ਕੰਪਨੀ ਦੀ, ਤੇ ਬੱਚਾ ਇਹਦਾ ਜੇ ਗੱਲਬਾਤ ਕਰ ਲਈ ਆਪਾਂ ਇਧਰਲੇ ਬੰਨੇ, ਪਹਿਲਾਂ ਵੀ ਤੁਹਾਨੂੰ ਦਿਖਾਇਆ ਵੀ ਬੱਚਾ ਇਹਦਾ ਐਕਸਪਾਇਰ, ਹਾਂ ਜੇ ਮਤਲਬ ਤੜਕੀ ਆਪਣੇ ਕੋਲ ਹੋ ਗਏ 4 ਘੰਟੇ ਹੋ ਗਏ, ਜੇ ਰਾਤ ਦੇ ਪਰੇ ਪੈ ਗਈ ਸੀ ਮੈਨੂੰ, ਕਹਿੰਦੇ ਦੱਸਤਾ ਨੂੰ ਵੀ ਜੇ ਜੂਰ ਪੈ ਗਈ, ਦਿਖਾ ਦੇ ਵੀਡੀਓ ਦਿਖਾ ਦੀ ਆਪਣੇ, ਠੀਕ ਆ ਗੱਲ। ਹਾਂ ਸੂਆ ਕਿਹੜਾ ਦਾ? ਸੂਆ ਪਲੂਣ ਬੱਸੀ ਆ ਵੀਰੇ, ਪਹਿਲਾ ਪਹਿਲਾ ਸੂਆ ਸੀਲ ਠੰਡੀ, ਵਾਧੂ ਲੱਤ ਨਹੀਂ ਕਰਦੀ, ਸੜ ਨਹੀਂ ਕਰਦੀ, ਜਿਵੇਂ ਆਪਣੂੰ ਭਰਾ ਮੇਰਾ ਆਪਣੂੰ ਭਾਅ ਜਾਈ ਆਪਾਂ ਵੀ ਉਦੋਂ ਨਹੀਂ ਦੇ ਦਾਂਗੇ ਆਪਾਂ, ਠੀਕ ਆ ਗੱਲ। ਹਾਂ ਸੀਲ ਠੰਡੀ ਆ ਵੀਰੇ, ਇੱਕ ਮੂੰਹ ਮੂੰਹ ਬਹੁਤ ਸੋਹਣਾ ਭਰਾ ਮੇਰੇ ਦਾ, ਇਹ ਆ ਗਈ ਜਰਸੀ ਜੀ, ਜਰਸੀ ਆ ਗਈ ਵੀਰੇ, ਮਤਲਬ ਖੜ ਕੇ ਮਰਵਾਉਂਦੀ ਆ ਤਾਂ ਕੁਛ ਨਹੀਂ ਕਹਿੰਦੀ, ਜ਼ਿਆਦਾ ਠੰਡੀ ਹੁੰਦੀ ਨੇ ਜਰਸੀਆਂ ਦਾ ਕੁੱਲ ਮਿਲਾ ਕੇ, ਜੁਲਤਾ ਨਹੀਂ ਕਰਦੀ, ਨਾ 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 ਆਪਾਂ ਬੱਚੇ ਬੁੱਚੇ ਵਾਲਾ ਕੰਮ ਨਹੀਂ ਕਰੀ, ਬੱਚਾ ਲਾ ਦੇਈਏ ਨਾ, ਠੀਕ ਆ ਗੱਲ, ਆਪਾਂ ਵੀ ਫਾਇਦਾ ਨਹੀਂ ਕੱਚੀਆਂ ਗੱਲਾਂ ਕਰਨਾ ਵੀਰੇ, ਠੀਕ ਹੈ। ਬੱਚਾ ਬਾਈ ਕਹਿੰਦਾ ਆਪਾਂ ਇਹਨੂੰ ਲਾਇਆ ਨਹੀਂ, ਲੈ ਚੱਲ ਮਾਰੀ ਇੱਧਰਲੇ ਬੰਨੇ 'ਚ ਲਾ ਦੇ, ਅਤੇ ਬੱਚਾ ਇਹਦਾ ਹੋ ਗਿਆ ਐਕਸਪਾਇਰ ਜਿਵੇਂ ਤੁਹਾਨੂੰ ਦੱਸਿਆ ਮੈਂ, ਉਹ ਤੁਹਾਨੂੰ ਨਾਲ ਦਿਖਾਤਾ, ਪਰ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਲੱਗਿਆ ਫੁੱਲ ਗੈਪ ਤੇ, ਇਹ ਆ ਗਈ ਜਰਸੀ 'ਚ, ਜਰਸੀ ਤੇ ਮੂੰਹ ਤੇ ਰੇਟ ਆ, ਜਿਹੜਾ ਰੇਟ ਇਹਦਾ ਬਾਈ ਕਹਿੰਦਾ ਹੈਰਾਨ ਕਰਨ ਵਾਲੀ ਕਰਾਂਗੇ ਆਪਾਂ ਯਾਰ, ਭਾਅ ਜਾਈਏ ਭਾਅ ਆਪਾਂ ਨੂੰ ਆਇਓ ਮੈਂ ਆਪਾਂ ਦੇ ਦਾਂਗੇ, ਕਮਾਲ ਆ ਬਾਈ ਇੱਥੋਂ, ਕਮਾਲ ਮੂੰਹ ਦਿਖਾ ਦੇ ਫੇਸ ਕਮਾਲ ਦਿਖਾ ਦੇ, ਕਿਉਂਕਿ ਤਾਜ਼ੀ ਸੂਈ ਆ, ਲੱਕਾ ਪਸ਼ੂ ਕਈ ਵਾਰੀ ਤਾਂ ਕਰਕੇ ਲਾ ਜਾਂਦਾ ਹਨਾ, ਹਾਂ ਤਾਜ਼ਾ ਕਰਕੇ ਪੱਠੇ ਪੁੱਠੇ ਘੱਟ ਕਰਦਾ ਕੇ ਕੱਖ ਪੱਠੇ, ਦੇਖ ਸੋਹਣਾ ਮੂੰਹ ਸੁਣਾ ਕਪਣਾ ਬਹੁਤ ਆ ਵੀਰੇ, ਆ ਗਈ ਪਿਓਰ ਜਰਸੀ ਦੇ, ਪਿਓਰ ਜਰਸੀ ਜਾ ਗਈ, ਆ ਲੈ ਚਲੇ ਥੋੜੀ ਸਮੀ ਆਪਣ ਮੜੇ ਗਰੀਬ ਜੇ ਘਰੋਂ ਸੀ ਚਲੇ, ਠੀਕ ਹੈ ਗੱਲ, ਹਾਂ ਥੋੜੇ ਜਿਹਾ ਸਾਦੇ ਜੇ ਘਰ ਤੋਂ ਲੈਤੀ ਆ ਭਰਾ ਮੇਰਾ, ਉਹਨੂੰ ਸਮੀ ਨਹੀਂ ਨਹੀਂ ਥੋੜੀ ਜੀ ਫਿੱਕੀ ਆ ਨਾ, ਹਾਂ ਹਾਂ ਬਾਕੀ ਸੂਣ ਕਰਕੇ ਹਨਾ, ਬੱਚਾ ਵੀ ਇਹਦਾ ਮੈਨੂੰ ਬਿੱਗ ਸਾਈਜ਼ ਚ ਹੀ ਲੱਗਦਾ ਥੋੜਾ, ਬਿਲਕੁਲ ਬਿਲਕੁਲ ਬਾਹ ਭਾਰੀ ਬਾਹ ਸੀ, ਨਿੱਕਾ ਨਹੀਂ ਬੱਚਾ ਸੀ ਉਹਦੇ ਕਰਕੇ ਪਸ਼ੂ, ਨਿੱਕਾ ਹੁਣ ਤਾਂ ਟਾਈਮ ਲੱਗਾ ਤਾ, ਹੁਣ ਟਾਈਮ ਲੱਗਾ ਬੜਾ ਮੜਾ, ਆਡਰ ਦਾ ਸਾਈਜ਼ ਸੋਹਣਾ ਰੱਖਦੀ ਆ ਤੇ ਥਣ ਕੱਲਾ ਕੱਲਾ ਰੱਖਦੀ, ਬਿਲਕੁਲ ਨਿੱਖਰ ਮਾਰ, ਚਵਾਈ ਦੀ ਕਿਵੇਂ ਆਈ? ਇੱਕ ਨੰਬਰ ਆ ਵੀਰੇ, ਚਵਾਈ ਦੀ ਹੁਣ ਧਾਰਾ ਮਾਰ ਕੇ ਰਹਿੰਦੇ ਆਪਾਂ ਵੀ, ਠੀਕ ਆ ਗੱਲ, ਹਾਂ ਆ ਬੰਦੇ ਬਾਈ ਇੱਥੇ, ਇਹਦੇ ਚਮਕੌਰ ਪੈਸੇ ਕਿੰਨੇ ਲੈ ਲਾਂਗੇ ਆਪਾਂ? ਪੈਸੇ ਆਪਾਂ ਜੇ ਤਾਂ ਹੁਣ ਤਾਂ 50-55 ਦੀ ਵੀ ਹੈਗੀ ਸੀ ਬੱਸੀ ਆ, ਹੁਣ ਬੱਚਾ ਮਰੇ ਮੁਰੇ ਨਾਲ, ਬੱਚੇ ਮਰੇ 35,000 ਦੀ ਦੇ ਦਾਂਗੇ ਵੀਰੇ, ਹੈ 35,000 ਦੀ ਦੇ ਦਾਂਗੇ, ਬਾਹਲੀ ਠੰਡੀ ਆ, ਬਾਹਲੀ ਸਵਾਦ ਠੰਡੀ ਆ, ਧਾਰਾਂ ਜਰਸੀ ਦੀਆਂ ਦਿਖਾ ਦੇਣਾ ਮਾਰ ਕੇ ਬਾਈ, ਹੱਥ ਨਾਲ ਹੀ ਲਾ ਲਾਂਦੀ ਆ, ਕੋਈ ਚਾਟ ਪਾਉਂ, ਇੱਕ ਬੋਲੇ ਜਮਾ ਬੋਲੇ ਦੇਖੀ ਲੈ, ਤੇ ਠੰਡੀ ਸੀ ਲੈ, ਠੰਡੀ ਕੀ ਕਹੋ ਨਾ ਬਾਈ ਨੂੰ ਬਿਜਲੇ, ਦੇਖੀ ਆ ਦਿਖਾ ਦੇ, ਪੀਲਾ ਬੋਲਾ ਹੀ ਆ ਬਿਲਕੁਲ, ਜਿਵੇਂ ਕਈ ਵਾਰੀ ਕਿਸੇ ਸੱਜਣ ਨੂੰ ਸ਼ੱਕ ਹੋ ਜਾਂਦਾ ਵੀ ਬਾਖੜੇ ਤਾਂ ਨਹੀਂ ਲਈ ਫਿਰਦੇ, ਨਾ 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 ਨਾ, ਉਹ ਕਿੱਕ ਨੰਬਰ ਆ ਬਾਈ, ਬਾਹ ਛੱਡ ਦੇ, ਪੈਸੇ ਦੱਸ ਦੇ ਹੁਣ ਕਿੰਨੇ ਲਵਾਂਗੇ? ਬਾ 35 ਦੀ ਦੇ ਦਾਂਗੇ ਭਰਾ ਮੇਰੇ, 35,000 ਦੀ ਦੇ, ਹੋਜੂ ਮਾਨਤਾਨ, ਮਾਨਤਾਨ ਕਰ ਦਾਂਗੇ, ਬਸ ਦੇ ਕੇ ਤੋਰਾਂਗੇ ਜਿਹੜੇ ਜਿੰਨੇ ਗਾਈਆਂ ਆਉਣਗੇ ਬੰਦਾ ਆਪਣੇ ਕੋਲ ਬਾਈ, ਠੀਕ ਹੈ ਗੱਲ, ਬਾਈ ਕਹਿੰਦਾ ਦੇ ਕੇ ਤੋਰਾਂਗੇ, ਇਹਦਾ ਮੁੱਲ 35 ਆ, ਮਾਨਤਾਨ ਇਹ ਚ ਹੋ ਜੂਗਾ ਇਹੀ ਜੀ ਗੱਲ ਨਹੀਂ, ਤੇ ਹੁਣ ਮਾਰਦੇ ਘਰ ਉਹ ਵੱਡੀ ਬੈਠ ਤੇ ਡੱਬੀ ਨਾਸ ਲਾਲੀ ਬੈਠਾ ਵੀਰੇ, ਚੰਗੀ ਇੱਕ ਨੰਬਰ, ਸੂਆ ਕਿਹੜਾ ਚਮਕੌਰ ਆ ਰਹੇ ਆ? ਦੂਜਾ ਸੂਆ ਸਿੱਗੀ ਆ ਵੀਰੇ ਦੰਦਾਂ 'ਚ, ਇਹ ਦੂਜਾ ਸੂਆ ਦੰਦਾਂ 'ਚ 6 ਦੰਦ ਤੇ ਨੇੜਿਓਂ ਘਰ ਨਾਸਲ ਵੀਰੇ, ਡੱਬੀ ਨਾਸ ਲਾਲੀ ਆ ਭਰਾ ਮੇਰੇ ਤਾਂ, ਇਹ ਆ ਗਈ ਪ੍ਰਿੰਟ ਵਾਲੀ ਹੈ ਨਾ, ਹਾਂ ਪ੍ਰਿੰਟ ਵਾਲੀ ਆ ਬੈਡ, ਅੱਲੇ ਆ ਬਾਹਰ ਨੂੰ, ਇਹਦੇ ਦਿਨ ਵੀਰੇ ਰਹਿੰਦੇ ਆ 5-4 ਦਿਨ, ਕੱਦ ਕੱਦ ਵੀ ਚੰਗਾ ਤੇ ਬਾਡੀ ਵਾਲੀ ਬੈਡ ਆ ਗਈ ਤੇ ਆਰਡਰ ਦਾ ਸਾਈਜ਼ ਵੀ ਸੋਹਣਾ ਬਣਾਉਂਦੀ ਹੈ, ਇੱਕ ਸਾਡੇ ਦੇ ਸੋਹਣੀ ਤੇ ਨਮਾਈ ਤਾਣੀ ਮਾ ਠੰਡ ਵਾਲੀ ਆ, ਤੇ ਆ ਗਈ ਪ੍ਰਿੰਟ 'ਚ ਨਾ ਕੱਦ ਬੈਡ ਵਾਲੀ, ਹਾਂ ਵੀਰੇ ਨਾਸਲ ਬਹੁਤ ਦਾ ਸਾਈਜ਼ ਬਹੁਤ ਸੋਹਣਾ, ਮੁੱਠੀ ਵਾਲਾ ਸਾਈਜ਼ ਆ, ਸੂਆ ਦੂਜਾ ਦੰਦਾਂ 'ਚ 6 ਦੰਦ
ਦਿਨ ਕਿੰਨੇ ਬਾਕੀ ਨੇ? ਹਫ਼ਤਾ ਮੰਨ ਲਓ ਇੱਕ ਦੋ ਦਿਨ ਘੱਟ ਵੀ ਸੂਸ ਵੱਧ ਵੀ ਲੈ ਜਾਦੀ ਹੈ ਨਾ ਗੱਡੀ ਗੁੱਡੀ ਚੜ ਕੇ? ਹਾਂ ਪਸੂ ਦਾ ਨਹੀਂ ਪਤਾ ਨਾ। ਫੇਸ ਕੁਆਲਿਟੀ ਆ ਗਈ, ਪ੍ਰਿੰਟ ਵਾਲੀ ਫੇਸ ਕੁਆਲਿਟੀ ਆ ਗਈ, ਵਜਨ ਵਾਲੀ ਗਾਂ ਹੈ, ਕੋਈ ਬਹੁਤੀ ਹਲਕੀ ਨਹੀਂ ਹੈਗੀ। ਹਾਂ ਕਮਾਲ ਆ ਬਾਈ, ਇੱਥੋਂ ਕੀ ਰਿਕਾਰਡ ਦੱਸਿਆ ਮਾਲਕ ਨੇ, ਇੱਥੋਂ ਗਏ 24 ਕੁਆਲਿਟੀ ਦੇ ਮਾਲ ਨੇ, ਇੱਥੇ ਰੁਕ ਲੈ 23-24 ਕਿਲੋ ਦੁੱਧ ਕਹਿੰਦਾ ਨੂੰ ਹੋ ਕੇ ਦਿਖਾ ਦੇ। ਹਾਂ ਇਹ ਇੱਥੇ ਉੱਧਰਲੇ ਬੰਨੇ ਜਾ ਕੇ ਇੱਥੇ ਮਾਰਦੇ, ਫੇਸ ਕੁਆਲਿਟੀ ਤੇ ਪ੍ਰਿੰਟ ਚ ਆ ਗਈ। ਲੈ ਚੱਲ ਬਾਈ ਕੋਈ ਗੱਲ ਨਹੀਂ, 23-24 ਕਿਲੋ ਕਿਹਾ ਮਾਲਕ ਨੇ ਭਰਾ ਮੇਰੇ ਜਦੋਂ ਮੈਂ ਲਈ ਆਪਾਂ। ਠੀਕ ਹੈ ਗੱਲ, ਆਪਣੀ ਤਾਂ ਘਰ ਦੀ ਤਾਂ ਹੈ ਨਹੀਂ, ਮੈਂ ਤੈਨੂੰ ਕਹੀ ਮੈਂ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਮੇਰਾ ਕੰਮ ਹੁੰਦਾ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ, ਤੇ ਵਪਾਰੀ ਦਾ ਕੰਮ ਹੁੰਦਾ ਡਿਟੇਲ ਜਿਹੜੀ ਕਿਸਾਨ ਨੇ ਦੱਸੀ ਆ ਮਾਲਕ ਨੇ, ਤੁਸੀਂ ਦੇਖ ਕੇ ਉਹ ਦੱਸਣੀ, ਤੁਸੀਂ ਦੇਖ ਕੇ ਲੈਣੀ ਘਰੋਂ। ਹਾਂ ਤੁਸੀਂ ਬਾਈ ਆਪਦੀ ਸਮਝਣਾ ਲੈਣੀ, ਮਗਰੋਂ ਫੋਨ ਲਾਉਣ ਦਾ ਕੋਈ ਫਾਇਦਾ ਨਹੀਂ ਬਾਈ, ਫਲਾਨੀ ਤੇਰੀ ਐ ਨਹੀਂ ਕਰਦੀ ਤੇ ਉਹ ਕਾਇ ਨਹੀਂ ਕਰੇ, ਉਹਦਾ ਫਾਇਦਾ ਨਹੀਂ ਹੈਗਾ। ਪਹਿਲਾਂ ਹੀ ਬਾਈ ਆਪਦੀ ਸਮਝ ਸਮਝ ਲਓ, ਆਪਦੀ ਸੂਝ ਬੂਝ ਨਾਲ ਹਨਾ ਤੁਸੀਂ ਦੇਖਣਾ ਵੀ ਇਹ ਆਪਣੇ ਘਰੇ 25 ਪਾ ਦੂ, 30 ਪਾ ਦੂ, ਜਾਂ ਆਪਾਂ ਇਹਦੋਂ 15 ਲੈ ਸਕਦੇ। ਹਾਂ ਇਹਦਾ ਥੋੜੀ ਖੋਲੀ ਨੇ ਦੱਸਣਾ ਬਾਈ, ਉਹ ਤੁਸੀਂ ਬਾਈ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਹੁੰਦਾ, ਉਹੀ ਗੱਲ ਆ ਵੀ ਸਾਡਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਕਿਹੜੀ ਜਗ੍ਹਾ ਖੜਾ ਦਿਖਾਉਣਾ। ਹਾਂ ਬਿਲਕੁਲ ਵੀਰੇ, ਇਹਦੇ ਚਮਕੌਰ ਸਿੰਘ ਕੀ ਰੇਟ ਰਹੂਗਾ ਇਹਦਾ? ਰੇਟ ਆਪਾਂ ਮੁੱਲ 75 ਕਰ ਦਈਏ ਤਾਂ ਵੀ ਇਹਦਾ ਪੈਸਾ ਥੋੜਾ ਗਾ, 67,000 ਦੀ ਬੈਠ ਦੇ ਦਾਂਗੇ ਬਾਈ ਆਪਾਂ, ਇਹ ਦੇ ਦਾਂਗੇ 67,000 ਦੀ। ਹਾਂ ਮਾਨ ਤਾਨ ਥੋੜਾ ਮਾਨ ਕਰ ਦਾਂਗੇ, ਬਾਹਰ ਨਹੀਂ ਹੁਣ ਲੰਮਾ, ਚਲੋ ਵੀ ਕਰਦਾ ਵੀ ਬੈਠਾ ਯਾਰ ਬਾਈ। ਠੀਕ ਹੈ ਗੱਲ, ਨੰਬਰ ਬੋਲ ਦਿਓ ਜੀ। ਸੀਲ ਠੰਡੀ ਬਹੁਤ ਹੈ ਦੇਖੀ ਲੱਗੂ ਜੀ, ਠੰਡੀ ਸੀ ਉਰਲੇ ਬੰਨੇ ਲਿਆ ਗਿਆ ਜੀ ਕੈਮਰਾ ਪਿਛਲੇ ਬੰਨੇ। ਆ ਪੁਸ਼ ਪੁਸ਼ ਫੜੀ ਮੜੀ ਜੀ, ਇੱਥੋਂ ਆਰਡਰ ਦਾ ਸਾਈਜ਼ ਦਿਖਾ ਦੇ, ਆਰਡਰ ਦਾ ਸਾਈਜ਼ ਸੋਹਣਾ ਬੜਾ ਬਰੀਕ ਖਾਣ ਦਾ ਸਾਈਜ਼, ਬਸ ਸਟੀਲ ਬਾਡੀ ਆ ਭਰਾ ਮੇਰੇ ਦੀ, ਓਏ ਬੜੀ ਬਰੀਕ ਬਸੀ ਆ ਦੇਖੀ ਆ, ਇਹ ਦੇ ਦਾਂਗੇ 67,000 ਦੀ, ਇਹਦਾ ਮੁੱਲ 35 ਆ ਦੇਖੀ ਬਰੀਕ ਇਹ ਕਿੱਧਰ ਚੱਕ ਦਿਆ ਨੂੰ ਨੂੰ 72,000 ਦੀ ਫੇਸ ਕੁਆਲਿਟੀ ਦਿਖਾ ਦੇ ਜਾਰੀ ਸਾਰੀ ਟੋਟਲ ਫੇਸ ਕੁਆਲਿਟੀ ਤੇ ਮਾਰ ਦੇ ਜੇ ਇਧਰਲੇ ਬੰਨੇ ਚੱਕੂ ਵੀ ਆ ਕਰੀ ਬਈ ਮੂਹ ਰਮੜੇ ਦੇਖੀ ਫੇਸ ਕੁਆਲਿਟੀ ਬਹੁਤ ਸੋਹਣੀ ਬਸੀ ਯਾਰ 6 ਦਾ ਦਾ ਸੂਆ ਦੂਜਾ। ਹਾਂ ਬਿਲਕੁਲ ਦੂਜਾ, ਨੰਬਰ ਬੋਲ ਦੇ ਇਹ 67 ਦੇ ਦਾਂਗੇ ਆ 35 ਦੇ ਦਾਂਗੇ ਆ 72 ਦੇ ਦਾਂਗੇ ਨੰਬਰ ਬੋਲ ਦੇ ਨੰਬਰ 97794975744 ਵੀਰੇ 97794975744 ਬਾਈ ਦਾ ਨੰਬਰ ਆ ਜਿਹੜੇ ਸੱਜਣ ਨੂੰ ਇਹਨਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਤੋਂ ਖਰੀਦ ਲਿਓ। ਧੰਨਵਾਦ।